हो गया ना, बोली सुनाओ। लो टीचर जी सुनाओ फिर। सुनाओ सुनाओ बेटा, सुनाओ सुनाओ। दो तारा पित्तल दिया। वाह 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 वाह। दो तारा पित्तल दिया। वाह 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 वाह। जरा तो सिपड़ा ने साडे मुंह च गाला निकल दिया। हाँ की गल है नूर, चल ये दस मझ वड्डी हुंदी है के अकल। भाई यार चिट्टे छोले नहीं। हाँ भाई काले छोले पाई भरावा, चिट्टे लेने हैं। काले छोले पा जल्दी भरावा, चिट्टे लेने हैं। भरावा सबर कर ला, चिट्टे ही दऊगा, काला दा मुंडे दा नाम। मैं क्या दुकान से लग गाहक आया, कहिंदा जी खंड हैगी। मैं क्या खंड ते खत्म जी ने। उधरों मालिक आया, कहिंदा ये कीता जी जे खंड नहीं हैगी ते कह रहिंदा गुड़ लै जो, गाहक नूं कोई ना कोई दे के तोरना। मैं क्या ठीक है जी। दूजा गाहक आया, कहिंदा जी टॉयलेट पेपर हैगा। मैं क्या टॉयलेट पेपर तो नहीं हैगा, रेक मर लै जो। बच्चो जिहड़ा इक दूजे दे काम आवे ना उहनूं चंगा इंसान कहिंदे आ। टीचर जी तुसीं पेपर वेले तां चंगे पांदे नहींगा, ना कि सड़ पण दिंदे आ। ओ नूर आ के करी जाना तू। मैनू किसे ने आया क्या सी चादर वेख के पैर पसारने चाहिदे आ। अच्छा ते आ के करी जाना तू फिर। चादर ते मेरे कोल पैन जा ते पैर धो, ये पैर कथ लगे वा। हगीड़ा धणी ओदा मुंडा ओ बैठा। चल चल करिए साहब बता देना। ओ शोरा तेरा डैडी किथे आ। क्या की गल आ ते साहब जी, तेरा डैडी कल सानू दे के आया ना करे, ਉਹ ਚ ਕੀੜੇ ਨਿਕਲੇ ਆ। ਇਹ ਤਾਂ ਕਰਮਾ ਦੀ ਗੱਲ ਆ, ਕੱਲ ਨੂੰ ਮੋਟਰਸਾਈਕਲ ਵੀ ਨਿਕਲ ਸਕਦਾ। ਪੜਾਉਂਗਾ ਠੂਕਾ। ਨੂਰ ਮੇਜ ਤੇ ਚਾਹ ਕੀ ਨੇ ਡੋਲੀ, ਇਹਨੂੰ ਮਾਂ ਬੋਲੀ ਵਿੱਚ ਬਦਲੋ ਜੀ। ਇਹ ਮਤਲਬ ਮੰਮੀ ਪਾਸੇ ਵਿੱਚ। ਹਾਂ ਬੁੱਤ ਹਾਂ। ਵੇਖ ਅੰਦਰਾ ਕਰਤਾ ਨਵੀਂ ਚਾਦਰ ਦਾ ਜਲੂਸ, ਹਰਾਮ ਦਾ ਪੈ ਗਈ ਦਿਲ ਨੂੰ ਠੰਡਾ। ਆਮ ਦੇ ਤੁਹਾਡੇ ਬੁੜੇ ਨੂੰ ਉਹ ਭਨੂ ਤੁਹਾਡੀਆਂ ਟੰਗਾ ਜਿੱਬੇ ਮੂੰਹ ਵਾਲਿਆ। ओ नूर आए, तेनू गर्मी नहीं लगती? मेनू नहीं गर्मी कोई नहीं लगती, मेरे साडे घरे ता एसी लगा। ओ जा जा थोड़े घरे कदों एसी लगा, झूठ मरी जाना वा। चढ़िया ना साले ने एसी दी फोटो नेट तो डाउनलोड कर लेना हुना। चल देख ला भतीज, जिवें मर्जी कर ली। छोरा गल तां सुन, मेरी सुन दा गल, उथे जाके पकाई ना मारन लग जी। नहीं मारदा। और दसना किवें ताया तेरा, ठीक है? ਪਹਿਲਾਂ ਖੰਘ ਲੱਗੀ ਸੀ, ਉਹ ਤਾਂ ਹੌਲੀ ਹੌਲੀ ਰੁਕ ਗਈ ਆ, ਬਸ ਹੁਣ ਸਾਹ ਔਖੇ ਔਖੇ ਤੇ ਲੈਂਦਾ। ਕੋਈ ਨਾ ਭੈਣੇ, ਜੇ ਖੰਘ ਰੁਕ ਗਈ ਆ ਫਿਰ ਹੌਲੀ ਹੌਲੀ ਸਾਹ ਵੀ ਰੁਕ ਜਾਣਗੇ। ਮੈਨੂੰ ਤਾਂ ਬਾਪੂ ਦਾ ਬਾਹਲਾ ਡਰ ਲੱਗ ਜਾਂਦਾ, ਮੈਂ ਕੀ ਕਹੂੰਗਾ।
कोई ना पुत नहीं लाउंदे टीका तू ले भी आ दातरे नु दो वारी करा दिया करी दिहाड़ी जेंगा ठीक भाई हां चलो आ जाओ पांच नंबर आ डॉक्टर साहब दे दंद चेक करयो यार ओ मुंह अड एले भाई दंद कटने पैणे आ गल सुन मेरी दंद ते कट दे पर दुख नी लगना चाहिदा ओ भरावा हुण दे दंद कढाउणे आ दोता लगू गई गल्लां वेख की करदे आ ਓਏ ਹੋ ਗਏ ਮੈਂ ਵੀਰੇ ਇੱਕ ਮੈਂ ਤੈਨੂੰ ਸਵਾਲ ਪੁੱਛਣਾ ਪੁੱਛ ਲੈ ਇਹ ਚਿਕੜੀ ਗੱਲ ਇੱਕ ਹਾਥੀ ਆ ਉਹਨੂੰ ਫਰਿੱਜ 'ਚ ਕਿਵੇਂ ਰੱਖੂੰਗੇ ਹੋ ਭਰਾਵਾ ਫਰਿੱਜ ਛੋਟੀ ਹੁੰਦੀ ਆ ਉਹ ਹਾਥੀ ਕਿੱਥੋਂ ਵੜ ਜਾਊਗਾ ਉਹ ਫਰਿੱਜ ਤਾਂ ਬਾਹਲੀ ਵੱਡੀ ਆ ਅੱਛਾ ਫੇਰ ਇਹ ਚਿਕੜੀ ਗੱਲ ਆ ਪਹਿਲਾਂ ਫਰਿੱਜ ਖੋਲ ਲੋ ਬਾਅਦ 'ਚ ਹਾਥੀ ਵੜ ਦੋ ਇੱਕ ਸਵਾਲ ਹੋਰ ਪੁੱਛਣਾ ਉਹ ਜਲਦੀ ਪੁੱਛ ਯਾਰ ਕੀ ਪੁੱਛਣਾ ਵਾ ਚੱਲ ਐ ਦੱਸ ਤੇਰੇ ਦੇ ਗਧਾ ਕਿਵੇਂ ਰੱਖਾਂਗੇ ਉਵੇਂ ਹੀ ਪਹਿਲਾਂ ਫਰਿੱਜ ਖੋਲ ਲਾਂਗੇ ਫਿਰ ਉਹ 'ਚ ਗਲਾ ਰੱਖ ਦਾਂਗੇ ਫਿਰ ਬੰਦ ਕਰ ਦਾਂਗੇ ਗਲਤ ਜਵਾਬ ਗਲਤ ਜਵਾਬ ਲਓ ਕਿ ਮੈਂ ਬਾਗਲਾ ਪਹਿਲਾਂ ਹਾਥੀ ਨੂੰ ਬਾਹਰ ਕੱਢਾਂਗੇ ਫਿਰ ਗਧਾ ਰੱਖਾਂਗੇ ਲੱਤਾਂ ਕੱਟ ਕਟਾਵਾਂ ਲੱਤਾਂ ਇੱਧਰ ਆ ਮੇਰੇ ਸਵਾਲ ਦਾ ਜਵਾਬ ਦੇ ਹਾਂਜੀ ਸਰ ਜੀ ਕੀਤੇ ਕਿਰਾਏ ਤੇ ਪਾਣੀ ਪਾ ਦੇਣਾ ਇਹਦਾ ਅਰਥ ਦੱਸ ਕੀ ਆ ਇਹਦਾ ਅਰਥ ਟੱਟੀ ਕਰਕੇ ਉੱਥੇ ਪਾਣੀ ਡੋਲ ਦੇਣਾ ਇਹ ਨੂਰੇ ਮੈਨੂੰ ਆਇਆ ਦੱਸ ਬੱਦਲ ਕਾਲੇ ਕਾਹਤੋਂ ਹੁੰਦੇ ਆ ਹੁਣ ਦੱਸ ਵੀ ਦੇ ਜਾਵੇ ਭਰਾਵਾ ਸਾਰਾ ਦਿਨ ਧੁੱਪੇ ਫਿਰਦੇ ਰਹਿੰਦੇ ਆ ਕਾਲੇ ਹੀ ਹੋਣੇ ਨੂਰ ਅੱਜ ਕੋਈ ਖੜਾ ਹੋ ਕੇ ਨਾ ਬੋਲੀ ਸੁਣਾ ਲੋ ਟੀਚਰ ਜੀ ਸੁਣਾ ਫਿਰ ਆ ਸੁਣਾਓ ਬੇਟਾ ਸੁਣਾਓ ਸੁਣਾਓ ਦੋ ਤਾਰਾ ਪਿੱਤਲ ਦੀਆਂ ਵਾਹ 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 ਦੋ ਤਾਰਾ ਪਿੱਤਲ ਦੀਆਂ ਵਾਹ 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 ਜਿਹੜਾ ਤੁਸੀਂ ਪੜਾਉਂਦੇ ਸਾਡੇ ਮੂੰਹ ਚੋਂ ਗਾਲਾਂ ਨਿਕਲਦੀਆਂ ਪਤਾ ਨਹੀਂ ਮੋਟਾ ਦਾ ਕਦੋਂ ਪੜਾ ਲੂੰਗਾ ਠੂਕਾ ਨੂਰ ਮੇਜ ਤੇ ਚਾਹ ਕੀ ਨਾ ਡੋਲੀ ਇਹਨੂੰ ਮਾਂ ਬੋਲੀ ਵਿੱਚ ਬਦਲੋ ਜੀ ਇਹ ਮਤਲਬ ਮੰਮੀ ਪਾਸੇ ਵਿੱਚ ਹਾਂ ਬੁੱਤ ਹਾਂ ਵੇਖ ਅੰਦਰਾ ਕਰਤਾ ਨਵੀਂ ਚਾਦਰ ਚਾਦ ਲੂਸ ਹਰਾਮ ਦਾ ਪੈ ਗਈ ਦਿਲ ਨੂੰ ਠੰਡਾ ਆਮ ਦੇ ਤੁਹਾਡੇ ਬੁੜੇ ਨੂੰ ਉਹ ਤੁਹਾਨੂੰ ਤੁਹਾਡੀਆਂ ਟੰਗਾ ਜਿੱਬੇ ਮੂੰਹ ਵਾਲਿਆ ਬੱਚੋ ਜਿਹੜਾ ਇੱਕ ਦੂਜੇ ਦੇ ਕੰਮ ਆਵੇ ਨਾ ਉਹਨੂੰ ਚੰਗਾ ਇਨਸਾਨ ਕਹਿੰਦੇ ਆ ਟੀਚਰ ਜੀ ਤੁਸੀਂ ਪੇਪਰਾਂ ਵੇਲੇ ਤਾਂ ਚੰਗੇ ਬੰਦੇ ਨਹੀਂਗਾ ਨਾ ਕਿ ਸੜੋ ਪੰਨ ਦਿੰਨੇ ਆ ਜੇ ਮੋਟੀ ਆ ਜਾ ਹਾਂ ਕੀ ਗੱਲ ਆ ਇਹ ਤੇਨ ਕੋਲ ਬਲਬ ਹੈਗਾ ਬਲਬ ਹਾਂ ਹੈਗਾ ਵਾ ਕੀ ਕਰਨਾ ਵਾ ਅੱਜ ਤੇ ਪਿਆਉ ਨੂੰ ਕਿ ਤੁਸੀਂ ਗਾ ਵੀ ਲਿਆ ਕਰਿਆ ਮੈਂ ਖੰਡ ਮੰਗੀ ਸੀ ਤੂੰ ਆਟਾ ਪਾਤਾ ਨੂਰੇ ਤੈਨੂੰ ਗਰਮੀ ਨਹੀਂ ਲੱਗਦੀ ਮੈਨੂੰ ਨਹੀਂ ਗਰਮੀ ਕੋਈ ਨਹੀਂ ਲੱਗਦੀ ਮੇਰੇ ਸਾਡੇ ਘਰੇ ਤਾਂ ਏਸੀ ਲੱਗਾ ਓ ਜਾ ਜਾ ਤੁਹਾਡੇ ਘਰੇ ਕਦੋਂ ਏਸੀ ਲੱਗਾ ਵਾ ਝੂਠ ਮਾਰੀ ਜਾਂਦਾ ਵਾ ਚੜੀਆਂ ਨਸਾਂ ਵਾਲਿਆ ਮੈਂ ਏਸੀ ਦੀ ਫੋਟੋ ਨੈਟ ਤੋਂ ਡਾਊਨਲੋਡ ਕਰ ਲੈਣਾ ਹੁੰਨਾ ਕਿਉਂ ਕੀ ਹੋਇਆ ਵਾ ਮੋਟੇ ਜੀ ਤੈਨੂੰ ਪਤਾ ਵਾ ਮੋਗੇ ਕੋਲ ਬਹੁਤ ਵੱਡਾ ਐਕਸੀਡੈਂਟ ਹੋਇਆ ਵਾ ਅੱਛਾ ਕੀ ਹੋ ਗਿਆ ਅੱਜ ਅੜਦਾ ਹਵਾਈ ਦਾ ਅੱਜ ਘਰ ਆਉਂਦਾ ਡੱਗ ਪਿਆ ਅੱਛਾ ਸਵਾਰੀਆਂ ਬਚ ਗਈਆਂ ਸੀ ਨਹੀਂ ਨਹੀਂ ਕਿਸੇ ਦੀ ਸੱਟ ਵੱਜੀ ਉਹਦੇ ਕਿਸੇ ਨੇ ਅਖਬਾਰ ਦਾ ਵਾਂਗ ਛੱਡਿਆ ਸੀ ਉਹ ਨੂਰ ਆ ਕੇ ਕਰੀ ਜਾਣਾ ਤੂੰ ਮੈਨੂੰ ਕਿਸੇ ਨੇ ਆਇਆ ਕਿਹਾ ਸੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ ਅੱਛਾ ਤੇ ਆ ਕੀ ਕਰੀ ਜਾਣਾ ਤੂੰ ਫਿਰ ਚਾਦਰਾ ਤੇ ਮੇਰੇ ਕੋਲ ਪੈਨ ਜਾ ਤੇ ਪੈਰ ਦੋ ਇਹ ਪੈਰ ਕਿੱਥੋਂ ਲੱਗੇ ਵਾ
ਕੀ ਸਵਾਲ ਪੁੱਛਿਆ ਤੈਨੂੰ ਉਹਨਾਂ ਨੇ? ਉਹ ਕਹਿੰਦੇ ਹੁਣ ਉਹਦਾ ਨਾਮ ਦੱਸ ਜਿਹੜਾ ਮਹੀਨੇ ਬਾਅਦ ਨਾਉਂਦਾ। ਫਿਰ ਤੂੰ ਕੀ ਕਿਹਾ? ਮੈਂ 5 ਕਰੋੜ ਨੂੰ ਲੱਤ ਮਾਰਤੀ ਤੇਰਾ ਨਾਂ ਨਹੀਂ ਲਿਆ। ਪਹਿਲਾਂ 20 ਰੁਪਏ ਦੇ ਫੇਰ ਦੱਸੂੰਗੀ। ਚੱਕ 20 ਰੁਪਏ। ਚੱਲ ਹੁਣ ਦੱਸ ਤਾ ਦੇ ਕਦ ਰੋਂਦੀ ਸੀ? 20 ਰੁਪਏ ਲੈ ਲੈ ਸੀ ਤਾਂ ਰੋਂਦੀ ਸੀ। ਓ ਜਸਨੇ ਤੂੰ ਵੱਡੀ ਹੋ ਕੇ ਕੀ ਬਣੇਗੀ? ਮੇਰੀ ਨਿੱਕੀ ਹੁੰਦੀ ਦਾ ਸੁਪਨਾ ਹੈ ਮੈਂ ਵੱਡੀ ਹੋ ਕੇ ਡਾਕਟਰ ਬਣਾ, ਡਾਕਟਰ ਬਣ ਕੇ ਵੱਡੀਆਂ ਵੱਡੀਆਂ ਸੜਕਾਂ ਬਣਾਵਾਂ ਤੇ ਲੋਕ ਮੈਨੂੰ ਕਹਿਣ ਕੁੜੀ ਕਿੰਨਾ ਵਧੀਆ ਦੱਸ ਲੈਂਦੀ ਹੈ। ਕੀ ਹੋਇਆ ਜਸਨੇ, ਰੋਈ ਕਿਤੇ ਜਾਂਦੀ ਆ? ਕੀ ਹੋਣਾ ਬੱਟੇ ਦਾ, ਸਵੇਰ ਤੋਂ ਫੋਨ ਚਾਰਜ ਲਾਇਆ ਵਾ। ਅੱਛਾ ਜਸ਼ਨ ਆਪਾਂ ਨੂੰ ਨਾ ਸਾਰੇ ਪਾਗਲ ਪਾਗਲ ਕਹਿੰਦੇ ਆ ਤੇ ਹੁਣ ਕੀ ਕਰੀਏ? ਉਹ ਕੁੜੀਏ ਤੂੰ ਕੱਲ ਸਕੂਲੇ ਕਦੋਂ ਨਹੀਂ ਆਈ? ਸਰ ਜੀ ਮੈਂ ਗਿਰ ਗਈ ਸੀ ਤੇ ਲੱਗ ਗਈ। ਅੱਛਾ ਕਿੱਥੇ ਗਿਰ ਗਈ ਤੇ ਕਿੱਥੇ ਲੱਗੀ? ਸਰ ਜੀ ਮੈਂ ਮੰਜੇ ਤੇ ਗਿਰ ਗਈ ਤੇ ਅੱਖ ਲੱਗ ਗਈ। ਵੇ ਮੋਟੇ ਆ ਜਾ। ਹਾਂ ਕੀ ਬਿਮਾਰੀ ਆ ਤੂੰ ਨਹਿਤੀ ਆ ਜਾ ਨਹੀਂ ਇੱਥੇ। ਮੈਂ ਟਿਕਟੌਕ ਤੇ ਇੰਨੀ ਫੇਮਸ ਹੋ ਗਈ ਆ ਤੂੰ ਮੇਰੀ ਆਈਡੀ ਕਾ ਚਬਗੇ ਜੀ ਤੈਨੂੰ ਚਲਾਉਣੀ ਆਉਂਦੀ ਆ? ਓਹੋ ਪੁੱਠੇ ਪੈਰ ਵਾਲਾ ਇਹਦੇ ਚ ਕਿਹੜੀ ਗੱਲ ਆ, ਤੂੰ ਚਲਾ ਲਈ ਮੈਂ ਪਿੱਛੇ ਬਹਿ ਜੂ। ਕੀਤਾ ਲਾਲਿਆਂ ਨਾਲ ਹਿਸਾਬ ਮੁੜਿਆ ਮੁਸ਼ਕਲ ਦੇ ਨਾਲ ਵਿਆਜ, ਕਿਰਾਇਆ ਕੋਲ ਨਹੀਂ ਸੀ ਮੇਰੇ, ਕਰਦਾ ਕਿਵੇਂ ਸਵਾਰੀ ਬੱਸਾਂ ਦੀ, ਮੈਂ ਪਿੰਡ ਨੂੰ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ ਲੱਖਾਂ ਦੀ, ਮੈਂ ਪਿੰਡ ਨੂੰ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ ਲੱਖਾਂ ਦੀ। ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੈਠੋ। ਡਾਕਟਰ ਸਾਹਿਬ ਜੀ ਤੁਸੀਂ ਟਾਂਕੇ ਲਾ ਦਿੰਦੇ ਆ? ਹਾਂਜੀ ਹਾਂਜੀ ਲਾ ਦਿੰਦੇ ਆ। ਲਓ ਪਰ ਮੋਟੇ ਜੀ ਤੈਨੂੰ ਇੱਕ ਸਵਾਲ ਪੁੱਛਾਂ? ਹਾਂ ਹਾਂ ਪੁੱਛ ਪੁੱਛ, ਮੈਂ ਕੱਢ ਦੂੰ ਵੱਟ ਸਵਾਲਾਂ ਵਾਲੇ। ਉਹ ਕਿਹੜਾ ਕੰਮ ਜਿਹੜਾ ਅੰਤ ਤੱਕ ਗਾਇਬ ਨਹੀਂ ਹੋ ਸਕਦਾ? ਵੈਲਡਿੰਗ ਦਾ? ਨਾ ਗਲਤ ਆ। ਸਨਿਆਰਿਆਂ ਦਾ? ਨਾ ਹਜੇ ਵੀ ਗਲਤ ਆ। ਅੱਛਾ ਚੱਲ ਤੂੰ ਦੱਸ ਦੇ ਫਿਰ। ਮੋਟੇ ਦਿਮਾਗ ਦੀ ਐਨਕਾਂ ਦੇ ਕੰਮ ਆ। ਓ ਨੂਰ ਚੱਲ ਇਹ ਦੱਸ, ਮੱਝ ਵੱਡੀ ਹੁੰਦੀ ਆ ਕਿ ਅਕਲ? ਕੀੜੇ ਨਿਕਲੇ ਆ ਮੈਨੂੰ ਤਾਂ ਪਤਾ ਨਹੀਂ। ਚੋੜੀਆਂ ਨਸਾਂ ਵਾਲੇ ਜ਼ਮੀਨ ਦੇ ਥੱਲੇ ਪੈ ਗਿਆ ਸੀ। ਪਾਗਲ ਤੂੰ ਵੀ ਪਾਗਲ, ਤੂੰ ਵੀ ਪਾਗਲ, ਤੂੰ ਵੀ ਪਾਗਲ। ਉਹ ਕੁੜੀਏ
जे कोई सवाल पूछना तो हुण पूछ ला, मैं 2 मिनट इत्थे हैगा वा। सर जी, मेरे बालों नूं स्टाइल किवें लगदा तुहानूं?